ਜੇ ਕਹਿੰਦੇ ਕੋਈ ਪਨੌਤੀ ਹੁੰਦੀ ਹੈ ਨਾ ਆ ਨਾਲ ਤੁਰ ਜਾਂਦੀ ਸਾਡੇ ਆ ਮਰ ਨਿਊਰ ਦੀ ਐਂਟਰੀ ਇਦੂ ਘੈਂਟ ਨਹੀਂ ਹੋ ਸਕਦੀ ਹੈ ਨਾ ਬਾਕੀ ਲਿਟਰਲੀ ਬਰਫ਼ ਨਹੀਂ ਪਈ ਹੈ ਨਾ ਕੈਨੇਡਾ 'ਚ ਯਾਰ ਅਤੇ ਅੱਜ ਨਿਊਰ ਚੜ੍ਹਨਾ ਤਾਂ ਦੇਖੋ ਬਰਫ਼ ਮਿੱਠੀ ਮਿੱਠੀ ਸ਼ੁਰੂ ਹੋ ਗਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ 31 ਦਸੰਬਰ ਅੱਜ ਨਿਊਰ ਦੀ ਈਵ ਆ ਅਤੇ ਸਾਡਾ ਸਾਰਾ ਦਾ ਪਲੈਨ ਬਣਿਆ ਹੈ ਨਾ ਕਿ ਨਿਊਰ ਨੂੰ ਸੈਲੀਬ੍ਰੇਟ ਕਰਦੇ ਹਾਂ ਨਾਈਗਰ ਜਾਏ ਕਰਨਾ ਪਹਿਲਾਂ ਬਰਫ਼ ਨਹੀਂ ਪਈ ਸੀ ਆਲਮੋਸਟ ਹੈ ਨਾ ਸਾਰਾ ਦਸੰਬਰ ਲੰਘ ਗਿਆ ਜਨਵਰੀ ਹਜੇ ਆਉਣ ਵਾਲੀ ਹੈ ਅਤੇ ਅੱਜ ਬਰਫ਼ ਪੈਣੀ ਸ਼ੁਰੂ ਹੋਈ ਹੈ ਨਾ ਅਤੇ ਘੈਂਟ ਵੀ ਰੂਪਾ ਮਾਹੌਲ ਨਾਲ ਮੇਰੇ ਹੈਗੇ ਆ ਨਾਲ ਦੇ ਮੁੰਡੇ ਸਾਡੇ ਆ ਕੁਨਾਲ ਆ ਅਤੇ ਅਨਮੋਲ ਆ ਅਤੇ ਦੋ ਹੋਰ ਆਈ ਜਾਂਦੇ ਪਏ ਹੈ ਨਾ ਅਤੇ ਦਿਖਾਉਂਦੇ ਹੁਣ ਕਿਵੇਂ ਹੈ ਨਾ ਮਾਹੌਲ ਹੈ ਨਾਈਗਰਾ ਦਾ ਕਿਵੇਂ ਨਿਊ ਈਅਰ ਸੈਲੀਬ੍ਰੇਟ ਹੁੰਦਾ ਕੈਨੇਡਾ ਦੇ ਵਿੱਚ ਅਤੇ ਦਿਨੇ ਉੱਥੇ ਕੀ ਮਾਹੌਲ ਸਾਰੇ ਦਿਖਾਵਾਂ ਕਿਸੀਨੋ ਕਿਸੂਨੋ ਕਿਵੇਂ ਹੈ ਨਾ ਨਾਈਗਰਾ ਦਾ ਕੀ ਹਿਸਾਬ ਚੱਲਦਾ ਮਿਲਦੇ ਉੱਥੇ ਤੁਹਾਨੂੰ ਦਿਖਾਉਂਦਾ ਕੱਲੀ ਕੱਲੀ ਜੀ ਕਿਵੇਂ ਬੰਦੀ ਉੱਥੇ ਕਹਿੰਦਾ ਗੱਲ ਇੱਕ ਪੱਕੀ ਇਹ ਵੀ ਹੈ ਕਿ ਸਾਲੇ ਨਾ ਯਾਰ ਨੇ ਜੋ ਪਲਾਨ ਕਰਦੇ ਨਾਲ ਲੈ ਚੱਲੋ ਆਹ ਸਾਲਾ ਇੱਕ ਦਿਨ ਕਹਿੰਦਾ ਖੁਸ਼ੀ ਖਵੇ ਨੂੰ ਇਹ ਪਲਾਨ ਸਾਰਾ ਕੈਂਸਲ ਕਰ ਸਕਦੇ ਸਾਡਾ ਇਹ ਠੀਕ ਹੈ ਚਾਰੇ ਅਸੀਂ ਆ ਚੁੱਕੇ ਹਾਂ ਆਹ ਮਾਰ ਉੱਥੇ ਐਂਡ ਤੇ ਆਇਆ ਜਮਾਂ ਕਿ ਟਾਈਮ ਤਾਂ ਕਿਹਾ ਸੀ ਨਾ ਆ ਜੀ ਕਿ ਹਾਂ ਹਾਂ ਬਾਈ ਆਪਾਂ 2 ਮਿੰਟ 'ਚ ਆਇਆ 2 ਮਿੰਟ ਤੱਕਰ 40 ਮਿੰਟ 'ਚ ਆਇਆ ਇਹ ਗੱਲਾਂ ਬਾਬੀ ਹੁਣ ਤੁਹਾਨੂੰ ਮੈਂ ਜੇ ਦੱਸੂਗਾ ਗੱਲ ਤੁਸੀਂ ਗਾਲਾਂ ਕੱਢਣੀ ਆਹੋ ਗਾਲਾਂ ਕੱਢਣੀ ਲੱਗਦਾ ਬਾਕੀ ਮੈਂ ਗੱਲ ਇੱਕ ਆ ਵੀ ਕਹੂੰਗਾ ਨਾ ਤੁਸੀਂ ਨਾਈਗਰਾ ਫਾਲ ਅਗਰ ਹਨਾ ਇੰਜੋਏ ਕਰਨ ਜਾਂਦੇ ਹੋ ਕੱਪੜੇ ਪਾ ਕੇ ਉਹ ਚੰਗੀ ਤਰ੍ਹਾਂ ਬਾਈ ਠੰਡ ਬਹੁਤ ਆ ਨਾ ਸਨੋ ਪੈ ਕੇ ਏਡੀ ਇੱਕ ਵਾਰ ਤਾਂ ਹਟ ਗਈ ਦੇਣਾ ਕਿ ਉੱਥੇ ਅੱਗੇ ਪੈਂਦੇ ਕਿ ਨਹੀਂ ਪੈਂਦੀ ਹਨਾ ਕੀ ਪਲਾਨ ਆ ਵੀ ਤੇਰੇ ਉੱਥੇ ਜਾਣ ਦਾ ਕੁਛ ਨਹੀਂ ਉੱਥੇ ਜਾ ਕੇ ਆਪਾਂ ਤੁਹਾਨੂੰ ਸਾਰਾ ਦਿਖਾਉਂਦੇ ਹਨਾ ਕਿ ਬੱਸ 'ਚ ਬਹਾਂਗੇ ਹਨਾ ਬੱਸ 'ਤੇ ਜਾ ਰਹੇ ਹਨਾ ਆਉਂਦੇ ਹੋਏ ਵੇਖਾਂਗੇ ਕਿ ਕਿਸ ਹਿਸਾਬ ਨਾਲ ਪ੍ਰੋਗਰਾਮ ਬਹਿੰਦੇ ਆ ਅਤੇ ਸਾਰਾ ਸੀਨ ਦਿਖਾਉਂਦੇ ਰਾਹ 'ਚ ਕਿਵੇਂ ਕੁਛ ਕਰਾਂਗੇ ਜੇ ਕੁਛ ਰਿਕਾਰਡ ਕੀਤਾ ਤਾਂ ਨਹੀਂ ਤਾਂ ਨਾਈਗਰਾ ਫਾਲ ਜਾ ਕੇ ਸਾਰਾ ਦਿਖਾਵਾਂਗੇ ਉੱਥੇ ਕੀ ਮਾਹੌਲ ਲੋ ਜੀ ਫਾਈਨਲੀ ਨਾਈਗਰਾ ਫਾਲ ਪਹੁੰਚ ਗਏ ਹਨਾ ਨਾਲ ਸਾਡੇ ਆ 4-5 ਬੰਦੇ ਹੈਗੇ ਕਿਹੜਾ ਬੰਦਾ ਲੇਟ ਹੋਇਆ ਉਰੇ ਓਏ ਲੇਟ ਲਿਟਲ ਦੀਪ ਆ ਬੰਦਾ ਉਰੇ ਆਹ ਬੰਦੇ ਨੇ ਲੇਟ ਕਰਾਇਆ ਸਾਨੂੰ ਜੇ ਕਹਿੰਦੇ ਕੋਈ ਪਨੌਤੀ ਹੁੰਦੀ ਹੈ ਨਾ ਆਹ ਨਾਲ ਤੁਰ ਜਾਂਦੀ ਸਾਡੇ ਆਹ ਮਾਰਤੀ ਨੇ ਕਿਹਾ ਸੀ ਕਹਿੰਦਾ ਬਈ ਬੱਸ ਫੁੱਲ ਮਿਲੂਗੀ ਹਨਾ ਤੇ ਹੋ ਸਕਦਾ ਆਪਾਂ ਨੂੰ ਖੜ ਕੇ ਜਾਣਾ ਪਵੇ ਸੇਮ ਚੀਜ਼ ਬੱਸ 'ਚ ਐਂਟਰ ਕੀਤੇ ਬੱਸ 'ਚ ਖੜੇ ਹੋ ਕੇ ਆਏ ਬੱਸ 'ਚ ਖੜੇ ਹੋ ਕੇ ਆਏ ਹਾਂ ਪਰ ਇੰਨਾ ਕਹਾਂਗੇ ਯਾਰ ਕਿ ਅਗਰ ਤੁਸੀਂ ਆ ਰਹੇ ਹੋ ਹਨਾ ਤੁਹਾਨੂੰ ਫ੍ਰੀ ਆ ਟੋਟਲ ਆਏ ਨੀਗੀ ਤੁਹਾਨੂੰ ਪੈਸੇ ਲੱਗਣਗੇ ਗੋ ਬੱਸ 'ਤੇ ਪੈਸੇ ਲੱਗਣਗੇ ਟੋਟਲੀ ਫ੍ਰੀ ਹੋ ਕੇ ਆਊਗੀ ਤੁਹਾਡੀ ਬੱਸ ਦਾ ਕੋਈ ਚੱਕਰ ਨਹੀਂਗਾ ਅਤੇ ਬਾਕੀ ਊਂ ਕਹਾਂ ਮਾਹੌਲ ਕਹਾਂ ਸਿਰਾ ਚੱਕਵਾਂ ਬਾਈ ਜੇ ਕਹਿੰਦੇ ਨਾ ਫੋਰਨਾਂ ਦੀ ਫੀਲਿੰਗ ਹੁੰਦੀ ਆ ਇੱਥੇ ਜਾ ਕੇ ਆਉਂਦੀ ਹੈ ਹਨਾ ਕਈ ਥਾਵਾਂ ਚੁਣਵੀਆਂ ਥਾਵਾਂ ਜਦੋਂ ਆਉਂਦੇ ਆ ਬਾਹਰ ਨਿਕਲਦੇ ਆ ਥੋੜ੍ਹੇ ਥੋੜ੍ਹੇ ਮੂਵਮੈਂਟ ਹੀ ਆਏ ਯਾਰ ਹਨਾ ਜਦੋਂ ਆਓ ਕੈਨੇਡਾ ਵਿੱਚ ਆਓ ਹਨਾ ਅਤੇ ਕੋਸ਼ਿਸ਼ ਕਰੋ ਕਿ ਐਟਲੀਸਟ ਇੰਜੋਏ ਕਰੋ ਨਿਕਲ ਕੇ ਇੱਥੇ ਵੈਦਰ ਦੀ ਗੱਲ ਕਰਾਂ ਬਹੁਤ ਵਧੀਆ ਵੈਦਰ ਆ ਐਜ਼ ਕੰਪੇਅਰ ਟੂ ਅਗਰ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਹਨਾ ਬਹੁਤ ਜ਼ਿਆਦਾ ਬਰਫ਼ ਸੀਗੀ ਅਤੇ ਹੁਣ ਇਹੋ ਜਿਹਾ ਕੁਛ ਹੈ ਨਹੀਂ ਹਨਾ ਥੋੜ੍ਹੀ ਬਹੁਤ ਬਰਫ਼ ਹੈਗੀ ਆ ਅਤੇ ਥੋੜ੍ਹਾ ਥੋੜ੍ਹਾ ਮੀਂਹ ਅਮਲ ਕੇ ਹੈਗਾ ਵਾ ਹਨਾ ਪਰ ਪਿਛਲੀ ਵਾਰ ਜਿਵੇਂ ਟੋਟਲੀ ਵਾਈਟ ਸੀ ਹਨਾ ਅਤੇ ਮਾਹੌਲ ਦੀ ਗੱਲ ਕਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਹਨਾ ਪੂਰਾ ਚੱਕਵੀ ਫੀਲ ਆ ਜਿੰਨਾ ਵੀ ਆ ਹਾਂ ਮੰਡੋ ਕਿੱਥੇ ਜਾਣਾ ਹੁਣ ਵਾਸ਼ਿੰਗਟਨ ਵੀਜ਼ਾ ਪਹਿਲਾਂ ਤੁਹਾਨੂੰ ਆਸੇ ਪਾਸੇ ਦਾ ਮਾਹੌਲ ਦਿਖਾਉਣਾ ਨਾ ਕੀ ਸਿਸਟਮ ਹੈ ਇੱਥੇ ਕਿਵੇਂ ਚੱਲਦਾ ਯੂਕੇ ਵਾਲਾ ਵੀ ਲੰਡਨ ਆਈ ਤੇ ਇੱਥੇ ਵੀ ਕੁਛ ਨਾ ਕੁਛ ਤਾਂ ਬਣਾਈ ਰੱਖਿਆ ਇਹਨਾਂ ਨੇ ਜੀਸਾ ਨਾਲ ਲੈਣਾ ਲੱਗੀਆਂ ਵੀ ਹਨ ਇੱਥੇ ਵਾਰੀ ਘੱਟੋ ਘੱਟ ਅੱਧਾ ਘੰਟਾ ਘੰਟੇ ਤੋਂ ਪਹਿਲਾਂ ਨਹੀਂ ਆ ਸਕਦੀ ਹਨਾ ਦੇਣੇ ਅੰਦਰ ਜਾ ਕੇ ਕੋਈ ਜਗਾੜ ਵਗੈਰਾ ਤੁਹਾਨੂੰ ਦੱਸ ਦੇਣਾ ਉਸ ਹਿਸਾਬ ਨਾਲ ਯਾਰ ਇੱਕ ਘੈਂਟ ਜੀ ਗੱਲ ਹੋਈ ਹਨਾ ਕਹਿੰਦੇ ਨੇ ਹੁੰਦੇ ਕਹਿੰਦੇ ਕਹਿੰਦੇ ਜਗਾੜ ਲੱਗਦੇ ਨੇ ਹੁੰਦੇ ਲਾਉਣੇ ਪੈਂਦੇ ਆ ਲਗਾ ਲਿਆ ਜਗਾੜ ਦਾ ਹੁੰਦਾ ਜੀ ਸਾਹਿਬ ਨੇ ਇੱਥੇ ਲਾਈਨ ਲੱਗੀ ਵੀ ਆ ਬੋਸਟਨ ਪੀਜ਼ਾ ਦੇ ਵਿੱਚ ਹਨਾ ਘੱਟੋ ਘੱਟ 1.5 ਘੰਟਾ ਘੰਟਾ ਹੀ ਮਾਣੀ ਚੱਲੀ ਵਾਰੀ ਨਹੀਂ ਆਉਣ ਵਾਲੀ ਅਗਰ ਤੁਸੀਂ ਸੀਟਿੰਗ ਡਾਈਨਿੰਗ ਕਰਨਾ ਚਾਹੁੰਦੇ ਹੋ ਹਨਾ ਬੋਸਟਨ ਪੀਜ਼ਾ ਦੇ ਅੱਜ ਦੇ ਟਾਈਮ ਵਿੱਚ ਅਗਰ ਤੁਸੀਂ ਨਿਊ ਈਅਰ ਈਵ 'ਚ ਆ ਰਹੇ ਹੋ ਜਾਂ ਕੋਈ ਵੀ ਕ੍ਰਿਸਮਸ ਈਵ 'ਚ ਆ ਰਹੇ ਹੋ ਹਨਾ ਪ੍ਰੋਪਰ ਤੁਹਾਨੂੰ ਲਾਈਨ ਲੱਗਣੀ ਮਿਲਣੀ ਆ ਅਗਰ ਤੁਸੀਂ ਇੱਥੇ ਅੰਦਰ ਹਨਾ ਬਹਿਣਾ ਚਾਹੁੰਦੇ ਹੋ ਹਨਾ ਹੈਗੀ ਹੈ ਟ੍ਰਿਕ ਤੁਸੀਂ ਬੰਦੇ ਨਾਲ ਵੇਟਰ ਨਾਲ ਕਿਸੇ ਨਾਲ ਵੀ ਗੱਲ ਕਰਕੇ ਹਨਾ ਸੈਟਿੰਗ ਕਰ ਸਕਦੇ ਹੋ ਆਰਾਮ ਨਾਲ ਤੁਹਾਨੂੰ ਸੀਟਿੰਗ ਮਿਲ ਜੂਗੀ 10 ਵੀ ਲਾ ਲਿਓ ਇੰਜੋਏ ਕਰਕੇ ਆਰਾਮ ਨਾਲ ਬਹਿ ਕੇ ਖਾ ਕੇ ਜਾਇਓ ਹਨਾ ਤਾਂ ਸਵਾਦ ਆਊਗਾ ਲਾਈਨ 'ਚ ਖੜ ਕੇ ਜਾਂ ਟੇਕ ਆਊਟ ਕਰਕੇ ਔਖੇ ਹੋਣਾ ਖਾਣਾ ਇੱਦਾਂ ਖਾਣ ਦਾ ਸਵਾਦ ਆਊਗਾ ਇੱਥੇ ਕਹੂੰਗੇ ਤਾਂ
ਬਾਕੀ ਵੈਸੇ ਕਹਾਂ ਖਾ ਪੀ ਕੇ ਫਿਰ ਚੱਲਦੇ ਹਾਂ ਹੈ ਨਾ, ਦਿਖਾਉਂਦੇ ਹਾਂ ਫਾਇਰ ਵਰਕਸ ਦੀ ਇੱਥੇ ਹੈਗਾ ਕਿ ਫਾਇਰ ਵਰਕ ਹੋਣਾ ਹੈ ਨਾ, ਅਤੇ ਉਹ ਕਿਸ ਤਰੀਕੇ ਨਾਲ ਹੋਊਗਾ, ਬਾਕੀ ਜਿੰਨੇ ਵੀ ਇੱਥੇ ਹੈ ਨਾ ਚੀਜ਼ਾਂ ਵੇਖਣ ਵਾਲੀਆਂ ਦਿਖਾਉਣ ਵਾਲੀਆਂ ਹੈਗੀਆਂ, ਉਸ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਆਪਾਂ ਕਵਰ ਕਰੀ ਆਵਾਂਗੇ ਕਿਹੜੀ ਚੀਜ਼ ਇੱਥੇ ਗਏ ਜਾਂ ਕਿਵੇਂ ਕਿਵੇਂ ਰਿਹਾ। ਕਸੀਨੋ ਡੈਫੀਨੇਟਲੀ ਜਾ ਕੇ ਆਵਾਂਗੇ ਨਾ, ਦੇਖ ਕੇ ਆਵਾਂਗੇ ਕਿਵੇਂ ਪਲੇ ਹੁੰਦਾ, ਅਤੇ ਉਹ ਸਾਰਾ ਰਿਕਾਰਡ ਕਰਾਂਗੇ ਨਾਲ ਜਿੰਨੇ ਵੀ ਯਾਰ ਹੈਗੇ ਆ। ਲਓ ਜੀ ਬੋਸਟਨ ਪੀਜ਼ੇ ਵਾਲਾ ਹੋ ਗਿਆ ਸਾਰਾ ਹੈ ਨਾ, ਖਾਣ ਪੀਣ ਵਾਲਾ ਜਿਹੜਾ ਸੀਗਾ ਤੁਹਾਨੂੰ ਦੱਸਤਾ ਕਿ ਲਾਈਨ ਸੀਗੀ ਹੈ ਨਾ, ਅਤੇ ਲਾਈਨ ਤੋਂ ਬਚ ਸਕਦੇ ਹੋ ਅਗਰ ਤੁਸੀਂ ਥੋੜ੍ਹੀ ਅੰਦਰ ਸੈਟਿੰਗ ਕਰ ਲਓਗੇ ਹੈ ਨਾ, ਪ੍ਰੋਪਰ ਤੁਹਾਨੂੰ ਟੇਬਲ ਮਿਲ ਜੂ, ਆਏ ਨਹੀਂ ਤੁਹਾਨੂੰ 2 ਘੰਟੇ ਲਾਈਨ 'ਚ ਖੜ੍ਹਨਾ ਪਊਗਾ, ਅਤੇ ਬਾਕੀ ਆਲਮੋਸਟ 11 ਵਜੇ ਹੋਏ ਹੈ ਨਾ, 1 ਘੰਟੇ ਬਾਅਦ ਤਾਂ ਫਾਇਰ ਵਰਕਸ ਹੋਊਗਾ ਨਾ, ਤੁਹਾਨੂੰ ਉਹ ਦਿਖਾਊਂਗਾ ਪ੍ਰੋਪਰ ਕਿਵੇਂ ਚੱਲਦਾ। ਬਾਕੀ ਆਸੇ ਪਾਸੇ ਕੀ ਮਾਹੌਲ ਆ ਤੁਹਾਨੂੰ ਹੁਣ ਵੀਡੀਓ 'ਚ ਬੋਲਾ ਕਿ ਬੋਲ ਕੇ ਨਹੀਂ ਆ, ਮੈਂ ਸਿੰਪਲ ਦਿਖਾ ਦਿੰਦਾ ਕੀ ਰਿਕਾਰਡ ਹੋ ਰਿਹਾ। ਅਤੇ ਨੈਕਸਟ ਹੈਗਾ ਕਸੀਨੋ ਦਾ ਹੈ ਨਾ, ਕਸੀਨੋ ਜਾਵਾਂਗੇ ਹੁਣ, ਅਤੇ ਦੇਣੇ ਉੱਥੇ ਕੀ ਸਿਸਟਮ ਹੈ ਨਾ, ਕਿਵੇਂ ਚੱਲਦਾ ਇੱਥੇ, ਪਹਿਲੀ ਵਾਰ ਐਕਚੁਅਲੀ ਹੈ ਨਾ ਅਗਰ ਕੀਤਾ ਨਹੀਂ ਕਸੀਨੋ 'ਚ ਹੈ ਨਾ, ਕਿ ਕੀ ਹਿਸਾਬ ਦਾ ਹੁੰਦਾ, ਅਤੇ ਉਹ ਕਰਾਂਗੇ ਰਿਕਾਰਡ ਸਾਰਾ ਇਸ 'ਚ। ਜਿਸ ਹਿਸਾਬ ਨਾਲ ਭੀੜ ਚੱਲ ਰਹੀ ਹੈ ਨਾ, ਦੂਜੀ ਵਾਰ ਦੇਖੀ ਆ, ਪਹਿਲਾਂ ਮੈਂ ਦਿੱਲੀ ਵਾਲੇ ਏਅਰਪੋਰਟ 'ਤੇ ਦੇਖੀ ਹੈ, ਪਿੱਛੇ ਇੱਧਰ ਆ ਰਹੀ ਹੈ, ਹੁਣ ਨਾਗਰਾ ਬੋਲ ਤੇ ਦੇਖੀ ਆ, ਪਿੱਛੇ ਦੇਖੋ ਇਹ ਘਰ। ਜੇ ਮੈਂ ਟੋਟਲ ਮੋਟਰ ਹੈਡ ਦੀ ਗੱਲ ਕਰਾਂ ਨਾ, ਅੱਧਾ ਪੰਜਾਬ ਇੱਥੇ ਫਿਰਦਾ। ਲੋਕੀ ਗਵਾਚਣ ਦੀਆਂ ਗੱਲਾਂ ਕਰ ਰਹੇ ਆ, ਬਾਕੀ ਮੁੱਕਦੀ ਗੱਲ ਇਹ ਆ, ਗਏ ਤਾਂ ਸੀਗੇ ਕਸੀਨੋ ਵੱਲ, ਭੀੜ ਅੰਨੀ ਵਾਂ, ਵਾਰੀ ਨਹੀਂ ਆ ਰਹੀ ਉੱਥੇ ਲਾਈਨ ਲੱਗੀ ਵੀ ਹੈ ਨਾ, ਅਤੇ ਤਾਂ ਕਿ ਉਹ ਪਲੈਨ ਥੋੜ੍ਹਾ ਡਰੋਪ ਆਊਟ ਹੋ ਗਿਆ। ਕੋਈ ਨਹੀਂ, ਅੱਧਾ ਘੰਟਾ ਰਹਿ ਗਿਆ ਹੈ ਨਾ, ਫਾਇਰ ਵਰਕਸ ਹੋਣਗੇ, ਉਹ ਦੇਖਣ ਵਾਲੀ ਚੀਜ਼ ਹੈ ਇੱਥੋਂ ਦੀ, ਅਤੇ ਉਹ ਰਿਕਾਰਡ ਕਰਦੇ ਹਾਂ। ਬਾਕੀ ਪਿਛਲੀ ਵਾਰ ਹੈ ਨਾ ਸਟਾਰਟਿੰਗ ਦੇ ਗਿਆ ਸਾਨੂੰ ਬਠਿੰਡੇ ਦਾ ਰੇਲਵੇ ਸਟੇਸ਼ਨ ਲੱਗਦਾ ਹੈ ਨਾ, ਏਅਰਪੋਰਟ 'ਤੇ ਉਹ ਵੀ ਹਿਸਾਬ ਹੋਇਆ ਪਿਆ, ਜਮਾਂ ਧੱਕਾ ਧੁੱਕੀ ਜਮਾਂ ਐਂ ਚੱਲੀ ਜਾਣਾ ਟੈਟਮ ਡੈਟ ਕੰਮ। ਅਤੇ ਦਿਖੋ ਨਾ ਹੁਣ ਨਾ ਸਾਰਾ ਫਰੰਟ ਵਿਊ ਹੋਇਆ, ਉਹ ਅਮੈਰੀਕਾ ਸਾਈਡ ਦਾ ਹੋਊਗਾ, ਜਿਹੜੇ ਪਾਸੇ ਅਸੀਂ ਖੜ੍ਹੇ ਉਹ ਕੈਨੇਡਾ ਵਾਸਤੇ ਆ, ਲਵਾਵਾਂਗੇ ਵੀਜ਼ਾ US ਦਾ ਵੀ, ਅਤੇ ਉੱਧਰ ਵੀ ਕਰੇ ਕਿਹੜਾ ਵੱਜੂਗਾ, ਇਹਦਾ ਧਿਆਨ ਕਿਸੇ ਹੋਰ ਪਾਸੇ ਹੀ ਹੈ, ਫਾਇਰ ਵਰਕਸ ਤਾਂ ਮੈਨੂੰ ਪਤਾ ਨਹੀਂ। ਆਹੋ ਵਧੀਆ ਕੁਐਸਚਨ 'ਚ ਤਾਂ ਆਇਆ ਕਰੋ ਹੈ ਨਾ, ਫਿਰ ਸਵਾਦ ਜਾਊਗਾ ਜੋ ਹਰ ਜਨਤਾ ਹੁੰਦੀ ਆ, ਜਿਵੇਂ ਤਾਂ ਨਿਊ ਈਅਰ ਹੈਗਾ ਨਾ, ਕੈਨੇਡਾ ਡੇ ਹੋਇਆ, ਵਧੀਆ ਬਸ। ਆਹੋ ਰਸ਼ਿਕ ਸਾਡਾ ਲੇਟ ਲੇਟ ਲਤੀਫ ਬੰਦਾ ਸਾਡਾ ਇਹ, ਜੀ ਸਰ ਨੇ ਤੇ ਮਾਮੇ ਖੜੇ ਆ ਨਾ, ਡੀਕੀ ਆਉਂਦੇ ਪਿਆ ਕੋਈ ਚੱਕ ਲੇ ਹੈ ਨਾ, ਬਸ ਕਰਦੇ ਮਾੜੀ ਕੋਈ ਇੱਲਤ ਨਾਲ ਨਹੀਂ ਚੱਕ ਲੈਣਾ। ਨਿਊ ਈਅਰ ਦੀ ਐਂਟਰੀ ਇੱਦੂ ਘੈਂਟ ਨਹੀਂ ਹੋ ਸਕਦੀ ਹੈ ਨਾ, ਬਾਕੀ ਲਿਟਰਲੀ ਬਰਫ਼ ਨਹੀਂ ਪਈ ਹੈ ਨਾ ਕੈਨੇਡਾ 'ਚ ਯਾਰ, ਅਤੇ ਅੱਜ ਨਿਊ ਈਅਰ ਚੜ੍ਹਨਾ ਤਾਂ ਦੇਖੋ ਬਰਫ਼ ਮਿੱਠੀ ਮਿੱਠੀ ਸ਼ੁਰੂ ਹੋ ਗਈ। ਆਹ ਜਿਹੜਾ ਤੁਸੀਂ ਸਾਹਮਣੇ ਦੇਖੇ ਨੇ ਉਹ ਇਹ ਹੈਗਾ ਅਮੈਰੀਕਾ ਦਾ ਫੋਲ, ਉਹ ਦੂਜੇ ਪਾਸੇ ਹੈਗਾ ਟੋਰੋਂਟੋ ਦਾ, ਜਾਂ ਮੈਂ ਕਹਿੰਦਾ ਕੈਨੇਡਾ ਦਾ ਨਾ। ਸਹੀ 3 ਮਿੰਟਾਂ ਬਾਅਦ ਫਿਰ ਇੱਕ ਨਾ ਸ਼ੂਟ ਕਰਨਗੇ, ਹਰ 5 ਮਿੰਟਾਂ ਬਾਅਦ ਸ਼ੂਟ ਹੋ ਰਿਹਾ, ਜਦੋਂ 12 ਵਜਣਗੇ ਫਿਰ ਲਗਾਤਾਰ ਹੀ ਪਟਾਕੇ ਵੱਜਣਗੇ ਇੱਥੇ। ਚੱਕ ਤਾਂ ਗੋਰਿਆਂ ਨੇ ਕੰਮ, ਲਾਸਟਲੇ 30 ਸੈਕਿੰਡ ਰਹਿ ਗਏ ਨੇ, ਫਾਇਰ ਵਰਕਸ ਵਸਣ ਸ਼ੁਰੂ ਹੋਊਗਾ ਇੱਥੇ। Thank you.
ਆ ਅਸੀਂ ਪੂਰਾ ਫਾਇਰ ਵਰਕ ਕਰਨਾ, ਫਾਇਰ ਵਰਕ ਸਿਰੇ ਲਾ ਦੂ ਦੇਖਿਆ ਜਿਵੇਂ ਐਂਡ ਕਰਾਤੀ ਹੈ ਜਿਹੜੀ ਗੱਲ ਕਰਾਈ ਹੈ। ਬਸ ਜਨਤਾ ਹੁਣ ਘਰ ਟੱਪ ਜਾਣੀ ਹੈ, ਹੋਰ ਕੀ ਹੈ ਇੱਥੇ। ਆਏ ਸੀ ਪਟਾਕੇ ਤੇ ਦੱਸੋ ਕਿਵੇਂ ਲੱਗੀ ਵੀਡੀਓ, ਮਿਲਦੇ ਹਾਂ ਅਗਲੀ ਵੀਡੀਓ 'ਚ ਹੈ ਨਾ। ਬਸ ਅੱਜ ਦਾ ਸੀ ਕਿ ਪਹਿਲੀ ਵਾਰ ਦੇਖਣਾ ਹੈ ਨਿਊ ਯਾਰਕ ਕੈਨੇਡਾ ਦਾ ਕਿਵੇਂ ਮੰਨਿਆ ਜਾਂਦਾ, ਅਤੇ ਇੱਕ ਸਾਲ ਵਾਲਾ ਆਲਮੋਸਟ ਇੱਥੇ ਆਏ ਹੈ ਨਾ। ਪਹਿਲਾਂ ਸਟਾਰਟਿੰਗ 'ਤੇ ਆਏ ਸੀ, ਉਹ ਵਿਜਿਟ ਨਹੀਂ ਕੀਤਾ ਸੀ, ਪਰ ਇਸ ਵਾਰ ਲਿਟਰਲੀ ਸਿਰਾ ਲੱਗ ਗਿਆ, ਮਜ਼ਾ ਆ ਗਿਆ ਦੇਖ ਕੇ। ਮਿਲਦੇ ਅਗਲੀ ਵੀਡੀਓ 'ਚ, ਤਦ ਤੱਕ ਸਤਿ ਸ਼੍ਰੀ ਅਕਾਲ।